Ajuni Saipan Guru Prasad Gyan Dhyan Kishkarma Najana Sadhana Jana Teri Savte Varga Satguru Nanak Jin Kal Rakhi Meri Savte Varga Satguru Nanak Jin Kal Rakhi Meri Gyan Dhyan Kish Karma Na Jana Nahan Nirmal Karni Sad Sangat Kayam Chalalao Bikham Nadi Jaye Karni Sad Sangat Kayam Chalalao Bikham Nadi Jaye Se sanyog karo mere pyare jit rasna har naam uchare Se sanyog karo mere pyare jit rasna har naam Har Naame Uchare Satnam Vahe Guru Ji Kabira Jis Marne Te Jag Kara smell moon de vichon phir prakat ho jandi hai
ਇਸ ਨੂੰ ਕੋਈ ਲੁਕਾ ਨਹੀਂ ਸਕਦਾ। ਇਸੇ ਤਰ੍ਹਾਂ ਹੀ ਰੱਬ ਨੂੰ ਭੁੱਲਾ ਹੋਇਆ ਜੋ ਇਨਸਾਨ ਹੈ ਉਹ ਕਿੰਨਾ ਵੀ ਤੁਹਾਨੂੰ ਬਾਹਰੋਂ ਚੰਗਾ ਦਿਸੇ, ਚੰਗੀਆਂ ਚੰਗੀਆਂ ਗੱਲਾਂ ਕਰਦਾ ਹੋਵੇ, ਪਰ ਜਦੋਂ ਤੁਸੀਂ ਉਸ ਦੀਆਂ ਗੱਲਾਂ ਸੁਣ ਲੱਗ ਪਏ ਤਾਂ ਉਸਦੇ ਮੂੰਹੋਂ ਕੁਝ ਅਜਿਹੀਆਂ ਗੱਲਾਂ ਨਿਕਲਣਗੀਆਂ ਜਿਹੜੀਆਂ ਤੁਹਾਨੂੰ ਜੁੜਿਆ ਹੋਇਆ ਨੂੰ ਵੀ ਤੋੜ ਦੇਣਗੀਆਂ। ਇਸ ਕਰਕੇ ਅੱਜ ਇਹ ਲੋਕਾਂ ਤੋਂ ਸਾਵਧਾਨ ਰਹਿਣ ਦਾ ਸਾਨੂੰ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਹੀ ਸਮਝਾਇਆ ਕਿ ਜੋ ਮਾਇਆ ਰੱਬ ਨੇ ਦਿੱਤੀ ਹੈ ਇਹ ਮਾਇਆ ਵੀ ਰੱਬ ਦੀ ਹੀ ਪੈਦਾ ਕੀਤੀ ਹੋਈ ਹੈ। ਜਿਹੜੀ ਚੀਜ਼ ਰੱਬ ਨੇ ਪੈਦਾ ਕੀਤੀ ਹੋਈ ਹੈ ਉਹ ਵਿਅਰਥ ਨਹੀਂ ਹੈ, ਬੇਕਾਰ ਨਹੀਂ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਇਸਨੂੰ ਗੁਜਰਾਮ ਕਿਹਾ ਹੈ। ਇੱਕ ਅਜਿਹੀ ਦੁੱਧ ਵਾਲੀ ਚਾਟੀ ਹੈ ਜਿਸ ਦੇ ਵਿੱਚ ਦੁੱਧ ਪਿਆ ਹੋਇਆ ਹੈ। ਸੰਤ ਲੋਕ ਜਿਹੜੇ ਹਨ, ਰੱਬ ਦੇ ਪਿਆਰ ਵਾਲੇ ਜਿਹੜੇ ਹਨ, ਉਹ ਆਪਣੇ ਸਵਾਸਾਂ ਦੇ ਨਾਲ ਸਵਾਸਾਂ ਦੀ ਮਧਾਣੀ ਬਣਾ ਕੇ ਇਸ ਦੁੱਧ ਨੂੰ ਰਿੜਕਦੇ ਹਨ। ਇਸ ਵਿੱਚੋਂ ਪਰਮੇਸ਼ਰ ਦੇ ਚਰਨਾਂ 'ਚ ਜੁੜਨ ਕਰਕੇ, ਉਸਦੇ ਸਿਮਰਨ ਨੂੰ ਜੁੜਨ ਕਰਕੇ ਉਹਨਾਂ ਨੂੰ ਆਤਮਕ ਆਨੰਦ ਰੂਪੀ ਮੱਖਣ ਮਿਲਦਾ ਹੈ। ਬਾਕੀ ਜੋ ਸੰਸਾਰੀ ਲੋਕ ਹਨ ਉਹ ਸੰਸਾਰਕ ਵਿਵਹਾਰਾਂ ਦੇ ਵਾਸਤੇ ਇਸ ਨੂੰ ਵਰਤਦੇ ਹਨ। ਇਹ ਸੰਸਾਰਕ ਵਿਵਹਾਰਾਂ ਦੇ ਵਾਸਤੇ ਇਸ ਨੂੰ ਵਰਤਣਾ ਇਹ ਮਨ ਇਸ ਤਰ੍ਹਾਂ ਹੈ, ਰਿੜਕਿਆ ਵੀ, ਪਰ ਜਿਸਨੇ ਦਿੱਤੀ ਹੈ ਉਸਦਾ ਕਦੀ ਸ਼ੁਕਰਾਨਾ ਨਹੀਂ ਕੀਤਾ, ਇਹ ਮਨੋ ਲੱਸੀ ਪੀਣ ਦੇ ਬਰਾਬਰ ਹੈ। ਇਸ ਤਰ੍ਹਾਂ ਇੱਕ ਹੋਰ ਉਦਾਹਰਣ ਦਿੱਤੀ ਹੈ ਅਜਿਹੀ ਹੀ ਕਿ ਰੱਬ ਦੇ ਪਿਆਰੇ ਹਰ ਸਵਾਸ ਨਾਮ ਨਾਲ ਜੁੜ ਕੇ ਲੈਂਦੇ ਹਨ। ਮਹਾਰਾਜ ਨੇ ਉਪਦੇਸ਼ ਵੀ ਇਹੀ ਦਿੱਤਾ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਨ। ਹਰ ਸਵਾਸ ਨਾਮ ਨਾਲ ਜੁੜ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਲੰਘੇ ਤਾਂ ਠੰਡ ਪੈਂਦੀ ਹੈ ਅੰਦਰ। ਜਦੋਂ ਇਸ ਤਰੀਕੇ ਨਾਲ ਰੱਬ ਦੇ ਪਿਆਰ ਵਾਲੇ ਇਸ ਮਾਇਆ ਨੂੰ ਵਰਤਦੇ ਹਨ, ਚੰਗੇ ਪਾਸੇ ਵਰਤਦੇ ਹਨ, ਆਪਣਾ ਵਿਰਾਨ ਕਰਕੇ, ਆਪਣੀਆਂ ਲੋੜਾਂ ਪੂਰੀਆਂ ਕਰਕੇ, ਜੋ ਦਿਸੇ ਕਿ ਇਹ ਹੁਣ ਵਾਧੂ ਹੈ ਮੇਰੀਆਂ ਲੋੜਾਂ ਤੋਂ, ਉਹ ਪਰਪਕਾਰ ਦੇ ਵਾਸਤੇ ਵਰਤਦੇ ਹਨ, ਉਹ ਇਸਦਾ ਰਸ ਮਾਣਦੇ ਹਨ। ਭਾਵੇਂ ਇਸ ਮਾਇਆ ਨੂੰ ਨਾਗਣੀ ਕਿਹਾ ਹੈ ਔਰ ਡੰਗ ਮਾਰਦੀ ਹੈ, ਜੋ ਇਸ ਕੀ ਸੇਵਾ ਕਰੇ ਤਿਸੀ ਹੀ ਕੋ ਫਿਰ ਖਾਏ ਦਾ ਉਪਦੇਸ਼ ਹੈ। ਜਿਹੜਾ ਇਹਨੂੰ ਪੂਜਦਾ ਹੈ ਇਹ ਉਸੇ ਦੇ ਹੀ ਡੰਗ ਮਾਰਦੀ ਹੈ। ਸੋ ਰੱਬ ਦੇ ਪਿਆਰ, ਜਿਹੜੇ ਰੱਬ ਦੇ ਪਿਆਰ ਵਾਲੇ ਹਨ ਉਹ ਵਾਹਿਗੁਰੂ ਗੁਰਮੰਤਰ ਰੂਪੀ ਗਾਰੂੜ ਮੰਤਰ ਜਿਹੜਾ ਹੈ ਇਸ ਨਾਲ ਜੁੜੇ ਰਹਿੰਦੇ ਹਨ, ਜਿਸ ਦਾ ਸਦਕਾ ਇਸ ਦਾ ਜ਼ਹਿਰ ਨਹੀਂ ਉਹਨਾਂ ਦੇ ਉੱਤੇ ਅਸਰ ਕਰਦਾ। ਭਾਵ ਮਾਇਆ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹ ਉਹ ਜਿਹੜੇ ਹਨ ਵਿਕਾਰੀ ਨਹੀਂ ਹੁੰਦੇ, ਨੇਕ ਜੀਵਨ ਵਾਲੇ, ਪਰਪਕਾਰੀ ਜੀਵਨ ਵਾਲੇ ਬਣੇ ਰਹਿੰਦੇ ਹਨ। ਇਸੇ ਤਰ੍ਹਾਂ ਇਸ ਨੂੰ ਮੋਮਨ ਠੱਗਣੀ ਵੀ ਕਬੀਰ ਜੀ ਨੇ ਕਿਹਾ ਹੈ। ਔਰ ਮਾਇਆ ਵਿੱਚ ਫਸਿਆ ਹੋਇਆ ਜੋ ਇਨਸਾਨ ਹੈ, ਲੋਕਾਂ ਨਾਲ ਠੱਗੀਆਂ ਮਾਰ ਮਾਰ ਕੇ ਮੂੰਹ ਬੜਾ ਮਿੱਠਾ, ਧਰਮ ਦੀਆਂ ਸੋਹਾਂ ਖਾ ਖਾ ਕੇ, ਨਹੀਂ ਜੀ ਜੋ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ ਠੀਕ, ਇਹੀ ਰੇਟ ਹੈ, ਇਹੀ ਰੇਟ ਹੈ, ਇਹ ਤਾਂ ਠੱਗੀਆਂ ਮਾਰ ਮਾਰ ਕੇ ਇਸ ਦੀ ਹੱਡੀ ਸਜਾਉਂਦਾ ਹੈ। ਕੱਲ ਸੁਣ ਰਹੇ ਸੀ ਸੰਸਾਰਕ ਤੌਰ ਦੇ ਉੱਤੇ ਵਿਖਾਵਾ ਕਰਦਾ ਹੈ ਇਸ ਦਾ,
ਜਿਸ ਦੇ ਨਾਲ ਅਖੀਰ ਜਦੋਂ ਇਸਨੂੰ ਛੱਡਦਾ ਹੈ ਸਾਰਾ ਕੁਛ, ਇਸਦਾ ਅਡੰਬਰ ਛੱਡਦਾ ਹੈ ਤਾਂ ਦੁਖੀ ਹੋ ਕੇ ਇੱਥੋਂ ਜਾਂਦਾ ਹੈ। ਕਬੀਰ ਜੀ ਕਹਿੰਦੇ ਸਾਡੇ 'ਤੇ ਇਸਦਾ ਕੋਈ ਅਸਰ ਨਹੀਂ ਹੈ ਕਿਉਂਕਿ ਅਸੀਂ ਗੁਰੂ ਦੇ ਗੁਰਮੰਤਰ ਦੇ ਨਾਲ, ਗੁਰੂ ਸ਼ਬਦ ਦੇ ਬਲ ਦੇ ਨਾਲ ਅਸੀਂ ਇਸ ਨੂੰ ਵੱਸ ਵਿੱਚ ਕਰ ਲਿਆ ਹੈ, ਇਸ ਦੇ ਜ਼ਹਿਰ ਨੂੰ ਵੱਸ ਵਿੱਚ ਕਰ ਲਿਆ, ਇਸ ਕਰਕੇ ਇਸਦਾ ਕੋਈ ਮਾੜਾ ਅਸਰ ਸਾਡੇ 'ਤੇ ਨਹੀਂ ਹੋ ਸਕਦਾ। ਇੱਕ ਹੋਰ ਗੱਲ ਸਮਝਾਈ ਕੱਲ੍ਹ ਕਿ ਸੰਸਾਰ ਦੇ ਵਿੱਚ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ ਹਨ ਇਹ ਵੀ ਰੱਬ ਦੀ ਦੇਣ ਹੈ, ਚਾਹੇ ਉਹ ਪਰਿਵਾਰ ਹੈ ਸਾਡਾ ਆਪਣਾ ਹੈ, ਪਤੀ ਪਤਨੀ ਦਾ ਰਿਸ਼ਤਾ ਹੈ, ਬੱਚਿਆਂ ਦੇ ਨਾਲ ਰਿਸ਼ਤਾ ਹੈ, ਹੋਰ ਰਿਸ਼ਤੇਦਾਰ ਜਿਹੜੇ ਹਨ, ਇਹ ਸਾਰਾ ਕੁਛ ਜੋ ਕੁਛ ਦੋਸਤ ਮਿੱਤਰ ਹਨ ਇਹ ਹੈ ਤਾਂ ਰੱਬ ਦੀ ਬਖਸ਼ੀ ਹੋਈ ਦਾਤ, ਪਰ ਜੇ ਕੋਈ ਕਿਸੇ ਨੂੰ ਹੀ ਸਭ ਕੁਛ ਸਮਝ ਲਵੇ, ਦਾਤ ਪਿਆਰੀ ਵਿਸੜਿਆ ਦਾ ਤਾਰਾ, ਇਹ ਦਾਤਾਂ ਦੇਣ ਵਾਲਾ ਦਾਤਾ ਭੁੱਲ ਜਾਵੇ, ਫਿਰ ਕਹਿੰਦੇ ਉਹਨੂੰ ਦੁਖੀ ਹੋਣਾ ਪੈਂਦਾ। ਇਹਦੇ 'ਚ ਫਸਿਆ ਹੋਇਆ ਜਿਹੜਾ ਇਨਸਾਨ ਹੈ ਉਹ ਫਿਰ ਜਦੋਂ ਇਸ ਨੂੰ ਛੱਡਣਾ ਪੈਂਦਾ ਇਸ ਦੀ ਮਮਤਾ ਨੂੰ, ਉਸ ਵੇਲੇ ਬਹੁਤ ਦੁਖੀ ਹੁੰਦਾ ਹੈ। ਪਰ ਜਿਹੜੇ ਇਹਨਾਂ ਦੇ ਵਿੱਚ ਵਿਚਰਦਿਆਂ ਹੋਇਆਂ ਪਰਮੇਸ਼ੁਰ ਵਾਲੇ ਪਾਸੇ ਆਪਣਾ ਚਿੱਤ ਜੋੜ ਕੇ ਰੱਖਦੇ ਹਨ ਉਹ ਆਨੰਦ ਵਿੱਚ ਰਹਿੰਦੇ ਹਨ। ਅੱਜ ਬਖਸ਼ਿਸ਼ ਕਰ ਰਹੇ ਹਨ ਕਬੀਰ ਜੀ, ਕਬੀਰ ਜਿਸ ਮਰਨੇ 'ਤੇ ਜਗ ਕਰਾ ਮੇਰੇ ਮਨ ਆਨੰਦ। ਗੁਰਮਤਿ ਦੋ ਤਰ੍ਹਾਂ ਦਾ ਮਰਨਾ ਦੱਸਿਆ ਹੈ, ਇੱਕ ਸਰੀਰਕ ਮੌਤ ਹੈ, ਇੱਕ ਸਾਡੀ ਹਉਮੈ ਦੀ ਮੌਤ ਹੈ, ਸਾਡੇ ਆਪੇ ਦੀ ਮੌਤ ਹੈ, ਮੈਂ ਨੂੰ ਮਾਰਨਾ। ਪਿੱਛੇ ਆਪਾਂ ਸਰਵਣ ਕਰਕੇ ਆਏ ਹਾਂ ਉਦੇਸ਼ ਕਿ ਮੁੱਖ ਗੱਲ ਕੀ ਹੈ, ਆਪਣੀ ਮੈਂ ਨੂੰ ਮਾਰਨਾ ਹੈ। ਹੋਂ ਤੋਂ ਮੁਕਤ ਹੋਣਾ ਇਹ ਸਾਡਾ ਜਿਹੜਾ ਹੈ ਨਿਸ਼ਾਨਾ ਹੈ, ਤਾਂ ਹੀ ਨਾਮ ਮਨ ਵਿੱਚ ਵਸੇਗਾ, ਨਹੀਂ ਤਾਂ ਨਾਮ ਤੋਂ ਸੱਖਣੇ ਰਹਾਂਗੇ ਅਤੇ ਜਿੰਨਾ ਚਿਰ ਨਾਮ ਨਹੀਂ ਮਿਲੇਗਾ, ਨਾਮ ਨਾਲ ਨਹੀਂ ਜੁੜਾਂਗੇ, ਬਿਨ ਨਾਵੇਂ ਭਰਮ ਨਾ ਜਾਏ, ਫਿਰ ਭਰਮਾਂ 'ਚ ਹੀ ਪੈ ਜਾਣਗੇ। ਭਰਮ ਦੁੱਖ ਪੈਦਾ ਕਰਦੇ ਹਨ। ਸੋ ਇੱਥੇ ਜੋ ਉਪਦੇਸ਼ ਕਬੀਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਹੈ ਆਪੇ ਦਾ ਮਾਰਨਾ, ਮੈਂ ਦਾ ਮਾਰਨਾ। ਕਹਿੰਦੇ ਸੰਸਾਰੀ ਲੋਕ ਜਿਹੜੇ ਹਨ ਇਹ ਮਮਤਾ ਛੱਡਣ ਤੋਂ ਕਰਦੇ ਹਨ, ਹੈ ਮੈਂ ਆਪਣੇ ਬੱਚਿਆਂ ਦਾ ਧਿਆਨ ਦੇਵਾਂ, ਮੈਂ ਆਪਣੇ ਪਰਿਵਾਰ ਦਾ ਧਿਆਨ ਨਾ ਦੇਵਾਂ, ਮੈਂ ਆਪਣੇ ਰਿਸ਼ਤੇਦਾਰਾਂ ਦਾ ਧਿਆਨ ਨਾ ਦੇਵਾਂ। ਇਹ ਕਿਹੋ ਜਿਹਾ ਉਪਦੇਸ਼ ਸਾਨੂੰ ਤੁਸੀਂ ਦੇ ਰਹੇ ਹੋ, ਇਹਦੇ ਤੋਂ ਬਿਨਾਂ ਤਾਂ ਆਪਾਂ ਜੀਵਨ ਰਹਿ ਨਹੀਂ ਸਕਦੇ ਸੰਸਾਰ ਦੇ ਵਿੱਚ। ਇਸ ਤੋਂ ਸਾਰੇ ਹੀ ਕਰਦੇ ਹਨ, ਜੇ ਮੈਂ ਛੱਡ ਦਿੱਤਾ ਤਾਂ ਪਤਾ ਨਹੀਂ ਕੀ ਹੋ ਜਾਵੇਗਾ। ਕਹਿੰਦੇ ਕਬੀਰ ਜੀ ਕਹਿੰਦੇ ਕਿ ਮੈਨੂੰ ਤਾਂ ਬੜਾ ਆਨੰਦ ਆ ਰਿਹਾ ਹੈ ਇਸ ਗੱਲ ਦੇ ਵਿੱਚ, ਹੈ ਗ੍ਰਿਸਤੀ ਹਨ ਕਬੀਰ ਜੀ ਵੀ, ਪਰਿਵਾਰ ਦੇ ਵਿੱਚ ਹੀ ਰਹਿੰਦੇ ਹਨ, ਬੱਚੇ ਵੀ ਹਨ, ਪਤਨੀ ਵੀ ਹੈ, ਰਿਸ਼ਤੇਦਾਰ ਵੀ ਹਨ, ਪਰ ਮਮਤਾ ਨਹੀਂ ਹੈ। ਜਿਵੇਂ ਦਾਸ ਨੇ ਬੇਨਤੀ ਕੀਤੀ ਸੀ ਇਹ ਗ੍ਰਿਸਤੀ ਜੀਵਨ ਮਾੜਾ ਨਹੀਂ ਹੈ, ਜੇ ਗੁਰਸਿੱਖ ਗੁਰੂ ਦੇ ਦਿੱਤੇ ਹੋਏ ਉਪਦੇਸ਼ ਅਨੁਸਾਰ ਚੱਲਦਾ ਰਹੇ ਤਾਂ ਗ੍ਰਿਸਤੀ ਜੀਵਨ ਉਦੋਂ ਮਾੜਾ ਹੈ ਜਦੋਂ ਇਹ ਸਾਡੇ ਅੰਮ੍ਰਿਤ ਵੇਲੇ ਉੱਠਣ ਵਿੱਚ ਵਿਘਨ ਪਾਵੇ। ਜਦੋਂ ਸਤਸੰਗ ਦੇ ਸਮੇਂ ਦੇ ਵਿੱਚ, ਜਿਹੜਾ ਸਤਸੰਗ ਦਾ ਸਮਾਂ ਹੈ ਇਹ ਬੜਾ ਕੀਮਤੀ ਸਮਾਂ ਹੈ, ਜਦੋਂ ਇਸ ਵਿੱਚ ਵਿਘਨ ਪਾਵੇ, ਜਦੋਂ ਸਾਡੇ ਨਿਤਨੇਮ ਦੇ ਵਿੱਚ ਇਹ ਵਿਘਨ ਪਾਵੇ, ਜਦੋਂ ਸਾਨੂੰ ਪਰਉਪਕਾਰ ਕਰਨ ਤੋਂ ਇਹ ਗ੍ਰਿਸਤੀ ਜੀਵਨ ਰੁਕ ਕੇ ਸਾਨੂੰ ਕੋਈ ਇਹੋ ਜਿਹੀਆਂ ਸਲਾਹਾਂ ਦੇਣ, ਨਹੀਂ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਚੰਗਾ ਕੰਮ ਕਰਨਾ ਹੀ ਨਹੀਂ ਹੈ, ਇਹ ਉਸ ਹਾਲਤ ਵਿੱਚ ਮਾੜਾ ਹੈ। ਤੇ ਜੇ ਸਾਡੀ ਮਦਦ ਕਰਨ, ਉਤਸ਼ਾਹ ਦੇਣ, ਅੜਿੱਕਾ ਨਾ ਬਣਨ, ਫਿਰ ਇਹਦੇ ਵਿੱਚ ਕੋਈ ਮਾੜਾ ਨਹੀਂ ਹੈ। ਕਬੀਰ ਜੀ ਕਹਿੰਦੇ ਕਿ
रहो इस दे विच पर इसकी ममता इन्ने ना फसो कि तुहानू रब ही भुल जाए। जो चित राख है एक स्यों तेस पावे नीत। जिहड़े परिवार विच रहिंदे हुए संसार रहिंदे हुए वाहिगुरु नाल चित जुड़ के रहिंदे हन वह आनंद विच रहिंदे हन, कोई चिंता नहीं। राम पदार्थ मरने ही ते पाई है पूर्ण परमानंद। कबीर जी कहते जब आपे नूं मार लैंदा है ना इंसान तां ओह पूर्ण आनंद की प्राप्ति करता है, भाव पूरा आनंद है। जिहड़ा संसारक मौत है ना ये वैसे साडे धर्मां ने वख वख धर्मां ने बड़ा कुछ दिखाया है, स्वर्ग दीयां गल्लां विश्वां दीयां गल्लां अगे मरन तों बाद नरकां दीयां गल्लां। गुरमत दा इस विच विश्वास नहीं है। गुरमत दा उपदेश है इत्थे साचे सुभागे साचे, जिहड़ा इत्थे सच नाल जुड़िया रहा वह अगे भी सच नाल जुड़िया रहेगा, दुबारा जन्म होया भी सच नाल ही जुड़िया रहेगा, गुरु नाल ही जुड़िया रहेगा। इन्हों कहते लोग ते परलोक दोवें सहेले हो जाते। सो गुरु की मत जो है ये साडा लोग ते परलोक दोवें सवारती है। संसार विच आए विचरे सारा कुछ किया, व्यवहार सारे किते, फसे किते नहीं। नेम नहीं छड्या, जिहड़ा गुरु ने बख्शा उस नेम नूं नहीं छड्या। पहल गुरु नूं देणी, ये नहीं है कि नितनेम बाद च कर लव पहला मैं घर का काम कर लव, ये नहीं है। आप पहला मैं अपना आ कर लव, चल आ हूँ आ गया कोई, चल इनू अटेंड कर लव, बाकी बाद च फिर वेखा गुरुद्वारे, ये गुरमत नहीं है। तुसीं उन्हूं नाल लैके आ जाओ भाई, दोवें जने चलते हैं उसे कड़ी हाजरी भर आईए, ਤੁਹਾਡਾ ਵੀ ਭਲਾ ਉਹਦਾ ਵੀ ਭਲਾ। ਅਤੇ ਜੇ ਤੁਸੀਂ ਇਹ ਸਮਾਂ ਲਗਾ ਦਿੱਤਾ, ਇਹ ਇੱਕ ਵਾਰੀ ਤਾਂ ਲੱਗਿਆ ਸਮਾਂ, ਮੁੜ ਕੇ ਦੁਬਾਰਾ ਆਉਣਾ ਨਹੀਂ ਹੈ। ਵਾਹਿਗੁਰੂ। ਰਾਮ ਪਦਾਰਥ ਪਾਇਕ ਕਬੀਰਾ ਗਾਂਠ ਨਾ ਖੋਲ, ਨਹੀਂ ਪੱਕਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਸੇਵਾ ਅਤੇ ਸਿਮਰਨ ਕਰਨ ਵਾਲੇ ਨੂੰ ਗੁਰੂ ਤਰੁੱਠ ਕੇ ਨਾਮ ਬਖਸ਼ਦਾ ਹੈ। ਨਾਮ ਪ੍ਰਗਟ ਹੁੰਦਾ ਹੈ ਦੇਵ ਮਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਜਿਵੇਂ ਜਾਗ ਲਾਉਣ ਦੇ ਨਾਲ ਦੁੱਧ ਨੂੰ ਦਹੀਂ ਬਣ ਜਾਂਦਾ ਹੈ, ਦਹੀਂ ਨੂੰ ਰਿੜਕਣ ਨਾਲ ਉਸ ਵਿੱਚੋਂ ਮੱਖਣ ਪ੍ਰਗਟ ਹੁੰਦਾ ਹੈ, ਇਸੇ ਤਰ੍ਹਾਂ ਹੀ ਨਾਮ ਸਾਡੇ ਅੰਦਰ ਹੈ। ਮਹਾਰਾਜ ਨੇ ਦੱਸਿਆ ਜਿਵੇਂ ਜਿਵੇਂ ਗੁਰਮੰਤਰ ਦਾ ਅਭਿਆਸ ਕਰਾਂ ਗੁਰਬਾਣੀ ਦੇ ਪ੍ਰਕਾਸ਼ ਵਿੱਚ, ਗੁਰਬਾਣੀ ਦੇ ਉਪਦੇਸ਼ ਦੇ ਅਨੁਸਾਰ, ਤੇਵੇਂ ਤੇਵੇਂ ਇਹ ਮੱਖਣ ਜਿਹੜਾ ਹੈ ਅੰਦਰ ਨਾਮ ਹੈ ਇਹ ਪ੍ਰਗਟ ਹੁੰਦਾ ਜਾਏਗਾ। ਇਹ ਅਭਿਆਸ ਇਹ ਮਨ ਖੂਹ ਦੇ ਵਿੱਚੋਂ ਜਿਵੇਂ ਡੋਲਦੇ ਦਾ ਪਾਣੀ ਖਿੱਚੀਦਾ ਹੈ, ਇਹ ਗੁਰਮੰਤਰ ਦਾ ਜਾਪ ਇਹ ਹੈ, ਗੁਰੂ ਸ਼ਬਦ ਦਾ ਜਾਪ ਇਹ ਹੈ। ਇਹ ਅਭਿਆਸ ਕਰਨਾ ਹੈ, ਇਸ ਤੋਂ ਬਿਨਾਂ ਕੁਛ ਨਹੀਂ ਬਣਿਆ। ਸੋ ਜਿਸ ਦੇ ਤੇ ਤਰੁੱਠ ਕੇ ਵਾਹਿਗੁਰੂ ਜੀ ਇਹ ਦਾਤ ਦੇ ਦੇਣ, ਨਾਮ ਦੀਆਂ ਬੜੀਆਂ ਬਰਕਤਾਂ ਹਨ। ਸੰਸਾਰੀ ਪਦਾਰਥ ਹੀ ਨਹੀਂ ਮਿਲਦੇ, ਸੰਸਾਰੀ ਸੁੱਖ ਹੀ ਨਹੀਂ ਮਿਲਦੇ, ਕੁਝ ਅਜਿਹੀਆਂ ਆਤਮਕ ਸ਼ਕਤੀਆਂ ਹਨ ਜਿਹੜੀਆਂ ਪ੍ਰਗਟ, ਕੁਝ ਅਜਿਹੇ ਅਨੁਭਵ ਹੁੰਦੇ ਹਨ ਆਪਣੇ ਆਪ ਨੂੰ ਜੋ ਜੁੜਦਾ ਹੈ ਰੱਬ ਦਾ ਪਿਆਰਾ, ਉਹ ਆਮ ਆਦਮੀ ਨੂੰ ਨਹੀਂ ਹੋ ਸਕਦੇ, ਜਿਸ ਵਿੱਚ ਆਨੰਦ ਹੈ। ਹੁਣ ਸਾਡੀ ਕਮਜ਼ੋਰੀ ਕੀ, ਇਨਸਾਨ ਦੀ ਕਮਜ਼ੋਰੀ ਕੀ ਹੈ ਕਿ ਅਸੀਂ ਕਿਤੇ ਥੋੜ੍ਹੀ ਜਿਹੀ ਵੀ ਪਦਾਰਥ ਮਿਲ ਜਾਵੇ ਨਾ, ਥੋੜ੍ਹਾ ਜਿਹਾ ਵੀ ਝਲਕਾ ਪੈ ਜਾਵੇ ਕਿਤੇ, ਫਿਰ ਉਹਨੂੰ ਦੱਸ ਉਹਨੂੰ ਦੱਸ ਉਹਨੂੰ ਦੱਸ। ਉਹ ਦੱਸਣ ਨਾਲ ਕੀ ਹੈ, ਦੱਸਣ ਦਾ ਮਤਲਬ ਕੀ ਹੈ ਕਿ ਮੈਂ
ਦੱਸ ਰਿਹਾ ਹਾਂ, ਪਤਾ ਲੱਗ ਜਾਵੇ ਕਿ ਆਹ ਵੇਖੋ ਜੀ ਕਿੰਨੀ ਉੱਚੀ ਅਵਸਥਾ ਦਾ ਮਾਲਕ ਹੈ, ਇਹਨੂੰ ਤੇ ਆਹ ਵੀ ਅਨੁਭਵ ਹੋ ਗਿਆ, ਜਿਵੇਂ ਕਹੇ ਮੈਨੂੰ ਮਹਾਰਾਜ ਦੇ ਦਰਸ਼ਨ ਹੋ ਗਏ, ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋ ਗਏ। ਜੇ ਦੱਸਣ ਵਾਲੀ ਗੱਲ ਜੇ ਹੋਏ ਹਨ ਤਾਂ ਚੰਗੀ ਗੱਲ ਹੈ, ਜਿੱਦਣ ਤੋਂ ਦੱਸ ਦਿੱਤਾ ਮੁੜ ਕੇ ਨਹੀਂ ਦੁਬਾਰਾ ਹੋਣਗੇ। ਬਸ ਇਹੀ ਗੱਲ ਹੈ ਕਿ ਛਪਾਉਣਾ ਹੈ, ਰੌਲਾ ਨਹੀਂ ਪਾਉਣਾ ਹੈ ਆਪਣੀ ਅਵਸਥਾ ਦਾ। ਤੁਸੀਂ ਕਿੰਨੇ ਵਜੇ ਉੱਠਦੇ ਹੋ ਥਾਂ ਥਾਂ ਦੱਸਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਤੁਸੀਂ ਕਿੰਨਾ ਨਿਤਨੇਮ ਕਰਦੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਇੰਨਾ ਨਿਤਨੇਮ ਇਹਦਾ ਅਜਿਹੀਆਂ ਛੇਕੀਆਂ ਮਾਰਨੀਆਂ ਹੋਵੇ ਨੂੰ ਬੁਲਾਉਣਾ। ਇਹ ਸਾਰੀਆਂ ਗੱਲਾਂ ਗੁਪਤ ਰੱਖਣ ਵਾਲੀਆਂ। ਸੋ ਜੇ ਲੁਕਾ ਕੇ ਰੱਖਾਂਗੇ ਤਾਂ ਵਧੇਗਾ ਕੰਮੇ, ਅੱਗੇ ਹੋਰ ਵਧੀ ਜਾਵਾਂਗੇ। ਜਦੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਦਣ ਹੀ ਪਾਸੇ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਏਗਾ। ਇਹੀ ਕਾਰਨ ਹੈ ਕਿ ਰੱਬ ਵਾਲੇ ਪਾਸੇ ਲੱਗਦੇ ਤਾਂ ਬਹੁਤ ਹਨ ਲੋਕ, ਇਹ ਨਹੀਂ ਕਿ ਲੱਗਦੇ ਨਹੀਂ, ਪਰ ਜੇ ਰੌਲਾ ਪੈ ਜਾਂਦਾ ਹੈ ਬਾਹਰ ਉਸ ਵੇਲੇ ਫਿਰ ਸਾਰਾ ਕੁਛ ਹੀ ਖੁੱਸ ਜਾਂਦਾ ਹੈ। ਫਿਰ ਮੁੜ ਕੇ ਦੁਬਾਰਾ ਨਹੀਂ ਉਹ ਅਵਸਥਾ ਦੁਬਾਰਾ ਨਹੀਂ ਮਿਲਦੀ। ਇਸ ਕਰਕੇ ਕਬੀਰ ਜੀ ਕਹਿੰਦੇ ਕਿ ਜੇ ਤੈਨੂੰ ਦਾਤ ਮਿਲ ਗਈ ਹੈ ਨਾ ਤੇ ਇਹ ਵੀ ਨਾ ਥਾਂ ਥਾਂ ਦੱਸਦਾ ਫਿਰ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਦੂਜਿਆਂ ਅੱਗੇ ਨਾ ਖੋਲ ਕੇ ਨਾ ਦਿਖਾਏ ਕਿ ਖੜੀ ਜਿਹੜੀ ਤੈਨੂੰ ਮਿਲੀ ਹੈ ਨਾਮ ਦੀ। ਇਸ ਰਸ ਨੂੰ ਵੀ ਇਸ ਦਾ ਆਨੰਦ ਨਹੀਂ ਪਟਕਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਬੋਲਣਾ। ਕਾਰਨ ਕੀ ਹੈ? ਨਾਲ ਪਟਕਣ ਦਾ ਅਰਥ ਹੈ ਸ਼ਹਿਰ, ਕੋਈ ਅਜਿਹਾ ਸ਼ਹਿਰ ਵੀ ਨਹੀਂ ਇੱਥੇ ਹੈਗਾ ਸੰਸਾਰ ਦੇ ਵਿੱਚ, ਅਤੇ ਅਜਿਹੇ ਸ਼ਹਿਰ ਦੇ ਵਿੱਚ ਕੋਈ ਅਜਿਹਾ ਪਾਰਖੂ ਵੀ ਨਹੀਂ ਹੈਗਾ ਕਿ ਜਿਹੜਾ ਇਸ ਗੱਲ ਨੂੰ ਪਰਖ ਲਵੇ ਜਿਹਨੂੰ ਤੂੰ ਦੱਸ ਰਿਹਾ ਕੀ ਪਤਾ ਉਹਨੂੰ ਕੋਈ ਪਤਾ ਵੀ ਹੈ ਕਿ ਨਹੀਂ ਪਤਾ। ਜੇ ਤੈਨੂੰ ਕਹਿਤਾ ਇਹ ਤਾਂ ਐਵੇਂ ਤੈਨੂੰ ਵਹਿਮ ਹੈ ਤਾਂ ਵੀ ਗਿਆ ਤੂੰ, ਜੇ ਤੈਨੂੰ ਕਹਿਤਾ ਬਸ ਤੈਨੂੰ ਤਾਂ ਜੀ ਸਮਝ ਲਾ ਤੂੰ ਸਿਰੇ ਲੱਗ ਗਿਆ ਬ੍ਰਹਮ ਗਿਆਨੀ ਬਣ ਗਿਆ ਤਾਂ ਵੀ ਗਿਆ, ਦੋਨਾਂ ਪਾਸੇ ਤੋਂ ਜਾਵੇਗਾ। ਇਸ ਕਰਕੇ ਨਾ ਇਹਦਾ ਕੋਈ ਗਾਹਕ ਹੀ ਹੈ, ਮਿਲਦਾ ਹੀ ਨਹੀਂ ਹੈ, ਬਹੁਤ ਔਖੀ ਗੱਲ ਹੈ। ਕਬੀਰ ਤਾਂ ਸਿਉ ਪ੍ਰੀਤ ਕਰ ਜਾਂ ਕੋ ਠਾਕਰ ਨਾਮ, ਪੰਡਿਤ ਰਾਜੇ ਭੁਗਤੀ ਆਵੇ ਕੌਣੇ ਕੰਮ। ਹਾਂ, ਜੇ ਗੱਲ ਕਰਨੀ ਵੀ ਹੈ ਨਾ ਤਾਂ ਦੇਖ ਲੈ ਕਿਸੇ ਰੱਬ ਦੇ ਨਾਲ ਜੁੜੇ ਹੋਏ ਅਜਿਹੇ ਇਨਸਾਨ ਦੇ ਨਾਲ ਗੱਲ ਕਰਨੀ, ਉਹ ਤੇਰਾ ਭਰਮ ਵੀ ਦੂਰ ਕਰ ਦੇਗਾ। ਪਰ ਇਹ ਨਾ ਹੋਵੇ ਕਿ ਜਿੱਥੇ ਕੋਈ ਜ਼ਰੂਰੀ ਨਾ ਹੋਵੇ, ਪਛਾਣ ਕਰਨ ਵਾਲਾ ਹੀ ਨਾ ਹੋਵੇ, ਉੱਥੇ ਤੂੰ ਦੱਸਦਾ ਫਿਰੇ, ਇਹਦੇ ਨਾਲ ਤੇਰਾ ਨੁਕਸਾਨ ਹੋਵੇਗਾ ਕਿਉਂਕਿ ਉਹਨੂੰ ਇਸ ਦੀ ਕੀਮਤ ਦਾ ਹੀ ਪਤਾ ਕੋਈ ਨਹੀਂ ਹੈ ਕਿੰਨੀ ਕੀਮਤ ਹੈ। ਰੱਬ ਦੇ ਪਿਆਰਿਆਂ ਦੇ ਨਾਲ ਗੱਲ ਕਰਨਾ ਪੈਂਦਾ ਹੈ। ਪੰਡਿਤ ਰਾਜੇ ਭੁਗਤੀ ਆਵੇ ਕੌਣ ਕੌਣੇ ਕੰਮ, ਪੰਡਿਤ ਲੋਕ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਜਾਂ ਜਿਹੜੇ ਰਾਜੇ ਹਨ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਹਨ, ਇਹ ਇਹਨਾਂ ਦੇ ਕੰਮ ਦੀ ਵਸਤੂ ਨਹੀਂ ਹੈ। ਨਾਮ ਦੀਆਂ ਗੱਲਾਂ ਇਹਨਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਨਾਮ ਦੀਆਂ ਗੱਲਾਂ ਤਾਂ ਗੁਰੂ ਦੇ ਪਿਆਰ ਵਾਲਿਆਂ ਚੰਗੀਆਂ ਲੱਗਦੀਆਂ, ਉਹ ਇਹਨਾਂ ਦਾ ਮੁੱਲ ਪਾਉਂਦੇ। ਜਿਹੜਾ ਕਦੀ ਕੋਈ ਸੰਗਤ 'ਚ ਹੀ ਨਹੀਂ ਆਇਆ ਹੈ, ਜਿਹਨੇ ਅੰਮ੍ਰਿਤ ਵੇਲੇ ਉੱਠ ਕੇ ਹੀ ਨਹੀਂ ਵੇਖਿਆ ਹੈ, ਨਿਤਨੇਮ ਹੀ ਨਹੀਂ ਕਰਦਾ ਹੈ, ਤੁਸੀਂ ਉਹਨੂੰ ਜਾ ਕੇ ਅਜਿਹੀਆਂ ਗੱਲਾਂ ਸੁਣਾਉਣ ਲੱਗੋ ਤਾਂ ਉੱਥੇ ਬੇਕਦਰੀ ਹੋਵੇਗੀ। ਹਾਂ, ਜੇ ਸੁਣਨ ਵਾਲਾ ਵੀ ਮਿਲ ਜਾਵੇ ਰੱਬ ਦੀਆਂ ਗੱਲਾਂ ਫਿਰ ਉਹ ਸਾਂਝੀਆਂ ਕਰੋ। ਇਹਨੂੰ ਕਹਿੰਦੇ ਹਨ ਖਾਵਹਿ ਖਰਚੈ ਰਲ ਮਿਲ ਪਾਈ ਟੋਟ ਨਾ ਆਵੇ ਵੱਧ। ਜਦੋਂ ਇੱਦਾਂ ਫਿਰ ਰਲ ਮਿਲ ਕੇ ਗੱਲਾਂ ਸਾਂਝੀਆਂ ਕਰਾਂਗੇ ਨਾ, ਇਹਦੇ ਨਾਲ ਸਾਨੂੰ ਵਾਧਾ। ਅੱਜ ਬਹੁਤ ਮਹੱਤਵਪੂਰਨ ਇਤਿਹਾਸ ਦੇ ਵਿੱਚ ਦਿਨ ਹੈ। ਅੱਜ ਦੇ ਦਿਨ ਬਾਬਾ ਦੀਪ ਸਿੰਘ ਜੀ ਦਾ ਪਹੂਵਿੰਡ ਪਿੰਡ ਹੈ ਤਰਨ ਤਾਰਨ ਤਹਿਸੀਲ ਦੇ ਵਿੱਚ,
ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਸੀ, ਹੁਣ ਤਰਨ ਤਾਰਨ ਜ਼ਿਲ੍ਹਾ ਬਣ ਗਿਆ ਹੈ। ਇੱਥੇ ਭਾਈ ਭਗਤਾ ਜੀ ਜ਼ਿਮੀਂਦਾਰ ਸਿੱਖ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੜੀ ਸ਼ਰਧਾ ਵਾਲੇ ਸਿੱਖ ਸਨ। ਦੋਨੋਂ ਹੀ ਮੀਆਂ ਬੀਬੀ ਬੜੇ ਹੀ ਗੁਰੂ ਘਰ ਦੇ ਪ੍ਰੇਮੀ ਸਨ। ਇਹਨਾਂ ਦੇ ਘਰ ਵਿੱਚ ਮਾਤਾ ਜੂਣੀ ਜੀ ਦੀ ਕੁੱਖ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਜਦੋਂ ਇਹ 1682 ਦੀ ਗੱਲ ਹੈ ਜਦੋਂ ਜਨਮ ਹੋਇਆ, 17 ਕੁ ਸਾਲ ਦੇ ਜਦੋਂ ਹੋਏ, 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਨੇ ਸਾਰੇ ਪਾਸੇ ਸੁਨੇਹੇ ਭੇਜੇ ਕਿ ਹੁਮ ਹੁਮ ਆ ਕੇ ਅਨੰਦਪੁਰ ਸਾਹਿਬ ਸਾਰੇ ਪਹੁੰਚੋ। ਬੜੀ ਬੜੀ ਦੂਰੋਂ ਸੰਗਤਾਂ ਆਈਆਂ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ। ਉਸ ਸਮੇਂ ਇਹ ਭਾਈ ਭਗਤਾ ਜੀ, ਮਾਤਾ ਜਿਉਣੀ ਜੀ ਅਤੇ ਇਹਨਾਂ ਦਾ ਬੇਟਾ ਜਿਹਦਾ ਨਾਂ ਇਹਨਾਂ ਨੇ ਦੀਪਾ ਰੱਖਿਆ ਹੋਇਆ ਸੀ, ਛੋਟਾ ਛੋਟਾ ਨਾਂ ਜੋ ਪਹਿਲਾਂ ਸੀ ਦੀਪਾ ਕਹਿੰਦੇ ਸਨ, ਦੀਪ ਕਹਿੰਦੇ ਸਨ। ਇਹਨੂੰ ਨਾਲ ਲੈ ਕੇ ਇਹ ਵੀ ਜਥੇ ਦੇ ਨਾਲ ਉਸ ਜਥਿਆਂ ਦੇ ਰੂਪ ਵਿੱਚ ਸੰਗਤਾਂ ਅਨੰਦਪੁਰ ਸਾਹਿਬ ਜਾਂਦੀਆਂ ਸਨ। ਇਹ ਵੀ ਅਨੰਦਪੁਰ ਸਾਹਿਬ ਪਹੁੰਚੇ। ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ, ਪੰਜ ਪਿਆਰੇ ਸਾਜੇ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਛਕਿਆ, ਫਿਰ ਸਾਰੀਆਂ ਸੰਗਤਾਂ ਨੂੰ ਕਿਹਾ ਤੁਸੀਂ ਵੀ ਛਕੋ, ਉਸ ਵੇਲੇ ਇਸ ਪਰਿਵਾਰ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਜਦੋਂ ਵਾਪਸ ਸਾਰੀ ਸੰਗਤ ਆਉਣ ਲੱਗੀ ਤਾਂ ਇਹ ਪਰਿਵਾਰ ਵੀ ਵਾਪਸ ਆਉਣ ਲੱਗਾ ਤਾਂ ਦਸਮ ਪਾਤਸ਼ਾਹ ਨੇ ਕਿਹਾ ਭਾਈ ਭਗਤਾ ਜੀ ਨੂੰ ਕਿ ਇਸ ਬੱਚੇ ਨੂੰ ਥੋੜ੍ਹਾ ਸਮਾਂ ਸਾਡੇ ਕੋਲ ਛੱਡੋ। ਉਹਨਾਂ ਨੇ ਮੰਨ ਲਈ ਗੱਲ ਔਰ ਉੱਥੇ ਛੱਡ ਕੇ ਆ ਗਏ। ਇੱਥੇ ਭਾਈ ਮਨੀ ਸਿੰਘ ਜੀ ਦੀ ਸੰਗਤ ਦੇ ਵਿੱਚ ਰਹੇ ਬਾਬਾ ਦੀਪ ਸਿੰਘ ਜੀ ਜਿਹੜੇ ਹਨ, ਭਾਈ ਦੀਪਾ ਜੀ, ਔਰ ਉਹਨਾਂ ਦੀ ਸੰਗਤ ਗੁਰਬਾਣੀ ਸਿੱਖੀ, ਪਹਿਲਾਂ ਗੁਰਮੁਖੀ ਸਿੱਖੀ ਫਿਰ ਗੁਰਬਾਣੀ ਸਿੱਖੀ, ਹੋਰ ਭਾਸ਼ਾਵਾਂ ਦਾ ਗਿਆਨ ਵੀ ਪ੍ਰਾਪਤ ਕੀਤਾ, ਫਿਰ ਸ਼ਸਤਰ ਵਿਦਿਆ ਵੀ ਸਿੱਖੀ। ਅਨੰਦਪੁਰ ਸਾਹਿਬ ਦੇ ਵਿੱਚ ਜਵਾਨੀ ਦੇ ਵਿੱਚ ਉੱਥੇ ਰਹੇ, ਇਹ ਸਾਰਾ ਕੁਝ ਇੱਥੇ ਸਿੱਖ ਲਿਆ ਮਹਾਰਾਜ। ਸੋ ਫਿਰ ਦੁਬਾਰਾ ਜਦੋਂ ਮਾਤਾ ਪਿਤਾ ਆਏ ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਆਗਿਆ ਦਿਓ ਤਾਂ ਬੱਚਾ ਜਵਾਨ ਹੈ, ਹੁਣ ਅਸੀਂ ਇਸਦਾ ਵਿਆਹ ਕਰਨਾ ਹੈ, ਅਤੇ ਜੇ ਆਗਿਆ ਦਿਓ ਤਾਂ ਅਸੀਂ ਇਹਨੂੰ ਨਾਲ ਲੈ ਜਾਈਏ। ਹੁਣ ਮਹਾਰਾਜ ਨੇ ਆਗਿਆ ਦੇ ਦਿੱਤੀ, ਫਿਰ ਵਾਪਸ ਲੈ ਕੇ ਆ ਗਏ, ਫਿਰ ਘਰ ਰਹੇ। ਔਰ ਘਰ ਦੇ ਵਿੱਚ ਜਿਹੜਾ ਨੇਮ ਮਹਾਰਾਜ ਨੇ ਬਖਸ਼ਿਸ਼ ਕੀਤਾ ਉਸਨੂੰ ਪੂਰਾ ਨਿਭਾਇਆ। ਦਸਮ ਪਾਤਸ਼ਾਹ ਵਿਖੜਿਆਂ ਸਮਿਆਂ ਦੇ ਵਿੱਚੋਂ ਦੀ ਲੰਘਦੇ ਹੋਏ ਜਦੋਂ ਮੁਕਤਸਰ ਸਾਹਿਬ ਦਾ ਜੰਗ ਜਿੱਤ ਕੇ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਉਸ ਸਮੇਂ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਸਨ। ਉਹਨਾਂ ਸੰਗਤਾਂ ਦੇ ਵਿੱਚ ਇਹ ਫਿਰ ਅੰਮ੍ਰਿਤ ਛੱਕ ਕੇ ਜੋ ਦੀਪ ਸਿੰਘ ਬਣ ਗਿਆ ਸੀ, ਇਹ ਦੀਪ ਸਿੰਘ ਵੀ ਉੱਥੇ ਪਹੁੰਚਿਆ। ਫਿਰ ਮਹਾਰਾਜ ਨੇ ਆਪਣੇ ਨਾਲ ਰੱਖਿਆ। ਇੱਥੇ ਹੀ ਫਿਰ ਇਹਨਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇੱਥੇ ਹੀ ਗੁਜ਼ਾਰਿਆ, ਸਾਬੋ ਕੀ ਤਲਵੰਡੀ ਦੇ ਵਿੱਚ। ਬੜੇ ਸੂਰਬੀਰ ਸਨ, ਨਿਤਨੇਮ ਵਿੱਚ ਪ੍ਰਪੱਕ ਸਨ। ਜਦੋਂ ਦਸਮ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਵਿਖੇ ਸਿੰਘਾਂ ਦੇ ਕਹਿਣ ਦੇ ਉੱਤੇ ਗੁਰਬਾਣੀ ਦੀ ਸੰਥਿਆ ਅਤੇ ਅਰਥ ਸਮਝਾਏ, ਉਹ 42 ਸਿੱਖ ਜਿਹੜੇ ਸਨ ਉਹਨਾਂ ਦੇ ਵਿੱਚ ਇਹ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਵੀ ਸਨ। ਸੋ ਇਹਨਾਂ ਦੋਹਾਂ ਤੋਂ ਹੀ ਅੱਗੇ ਟਕਸਾਲਾਂ ਚੱਲੀਆਂ। ਬਾਬਾ ਦੀਪ ਸਿੰਘ ਜੀ ਦੀ ਟਕਸਾਲ, ਜਿਹਨੂੰ ਭਿੰਗਰਾਂ ਦੀ ਟਕਸਾਲ ਨੂੰ ਕਹਿੰਦੇ ਹਨ, ਇਹ ਬਾਬਾ ਦੀਪ ਸਿੰਘ ਜੀ ਦੀ ਚਲਾਈ ਦੀ ਟਕਸਾਲ ਹੈ। ਭਾਈ ਮਨੀ ਸਿੰਘ ਜੀ ਦੀ ਟਕਸਾਲ ਇਹ ਅੰਮ੍ਰਿਤਸਰ ਸਾਹਿਬ ਵਿਖੇ ਹੈ, ਸੱਤੋ ਦੀ ਗਲੀ ਵਿਖੇ। ਇਹ ਭਾਈ ਅਮੀਰ ਸਿੰਘ ਜੀ ਇਸ ਦੇ ਮੁਖੀ ਸਨ, ਉਸ ਤੋਂ ਬਾਅਦ ਹੁਣ ਭਾਈ ਮੱਖਣ ਸਿੰਘ ਜੀ ਹਨ ਜਿਹੜੇ ਉਸ ਟਕਸਾਲ ਦੇ ਮੁਖੀ ਹਨ। ਇਹ ਦੋਹਾਂ ਦੇ ਨਾਂ ਦੇ ਉੱਤੇ ਭਾਈ ਮਨੀ ਸਿੰਘ ਜੀ ਦੇ ਨਾਂ ਦੇ ਵਿੱਚ ਅਰਥ ਉਹੀ ਹਨ, ਇੱਕੋ ਹੀ ਹਨ, ਉਚਾਰਨ ਇੱਕੋ ਹੀ ਹੈ,
ਲੇਕਿਨ ਸ਼ਾਖਾ ਦੋ ਹਨ, ਦੋਨੋਂ ਹੀ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕਰ ਰਹੇ ਹਨ। 1756 ਦੇ ਵਿੱਚ ਅਬਦਾਲੀ ਨੇ ਇੱਥੇ ਹਿੰਦੁਸਤਾਨ 'ਤੇ ਚੌਥਾ ਹਮਲਾ ਕੀਤਾ। ਇਹ ਜਦੋਂ ਵੀ ਆਉਂਦਾ ਸੀ ਇੱਥੇ ਹਮਲਾ ਕਰਦਾ ਸੀ, ਇੱਥੋਂ ਦਾ ਬਹੁਤ ਸਾਰਾ ਧਨ ਲੁੱਟ ਕੇ ਲੈ ਜਾਂਦਾ ਸੀ ਔਰ ਜਿੰਨੀਆਂ ਜਵਾਨ ਬੱਚੀਆਂ ਹੁੰਦੀਆਂ ਸਨ ਉਹਨਾਂ ਨੂੰ ਵੀ ਰੱਸੀਆਂ ਨਾਲ ਬੰਨ੍ਹ ਕੇ ਨੜ ਕੇ ਉੱਧਰ ਲੈ ਜਾਂਦਾ ਸੀ, ਉੱਧਰ ਲਿਜਾ ਕੇ ਉਹਨਾਂ ਨੂੰ ਵੇਚਦੇ ਸਨ। ਇਹ 3 ਵਾਰ ਪਹਿਲਾਂ ਇਹ ਕਰ ਚੁੱਕਾ ਸੀ। ਜਦ 4th ਵਾਰੀ ਇਸਨੇ ਹਮਲਾ ਕੀਤਾ, ਇੱਧਰੋਂ ਅੱਗੇ ਦਿੱਲੀ ਵਾਲੇ ਪਾਸੇ ਅੰਦਰ ਲੁੱਟ ਕੇ ਆਇਆ ਹਿੰਦੁਸਤਾਨ ਨੂੰ, ਕਾਫੀ ਧੰਨਵਾਦ ਸੀ ਇਸਦੇ ਕੋਲ, ਤਾਂ ਮਾਰਕੰਡਾ ਦਰਿਆ ਹੈ ਹਰਿਆਣੇ 'ਚ ਵਗਦਾ ਹੈ। ਮਾਰਕੰਡਾ ਜੀਟੀ ਰੋਡ ਦੇ ਉੱਤੇ ਇੱਕ ਸ਼ਹਿਰ ਵੀ ਹੈ, ਉੱਥੇ ਵੀ ਵਸੋਂ ਹੈ। ਉੱਥੇ ਜਦੋਂ ਪਹੁੰਚੇ ਉੱਥੇ ਇਹ ਬਾਬਾ ਦੀਪ ਸਿੰਘ ਜੀ ਦਾ ਜਥਾ ਸੀ, ਇਹਨੂੰ ਸ਼ਹੀਦੀ ਮਿਸਲ ਕਹਿੰਦੇ ਸਨ। 12 ਮਿਸਲਾਂ ਉਸ ਵੇਲੇ ਬਣੀਆਂ ਸਨ, ਉਹਨਾਂ ਵਿੱਚ ਸ਼ਹੀਦੀ ਮਿਸਲ ਜਿਹੜੀ ਸੀ ਉਹ ਇਹ ਬਾਬਾ ਦੀਪ ਸਿੰਘ ਜੀ ਵਾਲੀ ਮਿਸਲ ਸੀ ਜਿਹਦੇ ਮੁਖੀ ਸਨ। ਇਹਨਾਂ ਨੂੰ ਜਦੋਂ ਪਤਾ ਲੱਗਾ, ਇਹਨਾਂ ਨੇ ਅਬਦਾਲੀ ਤਾਂ ਅੱਗੇ ਅੱਗੇ ਜਾ ਰਿਹਾ ਸੀ, ਇਹਨਾਂ ਨੇ ਪਿੱਛੋਂ ਉਹਨਾਂ ਦੀ ਫੌਜ 'ਤੇ ਹਮਲਾ ਕਰਕੇ ਉਹਨਾਂ ਦੇ ਕੋਲੋਂ ਜੋ ਕੁਛ ਉਹ ਲਿਜਾ ਰਹੇ ਸਨ ਬਹੁਤ ਕੁਛ ਲੁੱਟ ਲਿਆ ਔਰ ਉਹਨਾਂ ਬੀਬੀਆਂ ਨੂੰ ਵੀ ਛਕਾ ਲਿਆ। ਉਹਨਾਂ ਬੀਬੀਆਂ ਤੋਂ ਛਕਾ ਕੇ ਉਹਨਾਂ ਦੇ ਘਰਾਂ ਵਿੱਚ ਪੁੱਛ ਕੇ ਉਹਨਾਂ ਦੇ ਘਰੀਂ ਭੇਜ ਦਿੱਤਾ, ਜਿਹੜਾ ਧੰਨਵਾਦ ਸੀ ਲੈ ਕੇ ਆ ਗਏ। ਜਦੋਂ ਅਬਦਾਲੀ ਲਾਹੌਰ ਪਹੁੰਚਿਆ, ਇਹਨੂੰ ਪਤਾ ਲੱਗਾ ਕਿ ਇੱਦਾਂ ਪਿੱਛੋਂ ਸਿੱਖ ਜਿਹੜੇ ਹਨ ਉਹਨਾਂ ਨੇ ਹਮਲਾ ਕਰਕੇ ਸਭ ਕੁਛ ਹੀ ਲੁੱਟ ਲਿਆ ਹੈ, ਬੜਾ ਗੁੱਸਾ ਆਇਆ ਸੀ, ਸਾਰਾ ਕੁਝ ਪਤਾ ਕੀਤਾ। ਫਿਰ ਇੱਥੋਂ ਕਾਬਲ ਨੂੰ ਜਾਂਦਾ ਹੋਇਆ ਅਬਦਾਲੀ ਆਪਣੇ ਲੜਕੇ ਤੈਮੂਰ ਨੂੰ, ਤੈਮੂਰ ਸ਼ਾਹ ਇੱਥੋਂ ਦਾ ਸ਼ਾਸਕ ਹੋਇਆ ਹੈ, ਲਾਹੌਰ ਦਾ ਗਵਰਨਰ ਬਣਾ ਕੇ ਚਲੇ ਗਿਆ। ਇਹਨੂੰ ਕਿਹਾ ਕਿ ਵੱਧ ਤੋਂ ਵੱਧ ਸਖ਼ਤੀ ਕਰੋ ਔਰ ਇਹ ਵੀ ਹੁਕਮ ਦੇ ਦਿੱਤਾ ਕਿ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਨਾਲ ਸਾਰਾ ਉਡਾ ਦਿਓ, ਜਿਹੜਾ ਸਰੋਵਰ ਹੈ ਉਸਨੂੰ ਵੀ ਭੂਲ ਦਿਓ, ਸ਼ਹਿਰ ਦਾ ਕੂੜਾ ਕਰਕਟ ਸੁੱਟ ਕੇ। ਉਸਨੇ ਅਜਿਹਾ ਹੀ ਕੀਤਾ, ਪੂਰੀ ਬੇਅਦਬੀ ਉਸਨੇ ਕੀਤੀ। ਇੱਧਰੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਦਮਦਮਾ ਸਾਹਿਬ ਦੇ ਵਿੱਚ ਸਨ, ਉੱਥੇ ਇਹ ਗੁਰਬਾਣੀ ਦੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਦੇ ਰਹਿੰਦੇ ਸਨ ਔਰ ਨਾਲ ਨਾਲ ਸੰਥਿਆ ਦਿੰਦੇ ਸਨ ਨੌਜਵਾਨ ਬੱਚਿਆਂ ਨੂੰ। ਇਹਨਾਂ ਨੂੰ ਪਤਾ ਲੱਗਾ, ਜੋਸ਼ ਆਇਆ, 72 ਸਾਲ ਦੀ ਉਮਰ ਸੀ ਉਸ ਵੇਲੇ, ਸਾਰਿਆਂ ਨੂੰ ਇਕੱਠਿਆਂ ਕੀਤਾ, 500 ਦੇ ਕਰੀਬ ਸਿੰਘ ਇਕੱਠੇ ਹੋ ਗਏ ਨੌਜਵਾਨ ਵਿੱਚ ਸਨ। ਕਹਿੰਦੇ ਕਿ ਇਸ ਬੇਅਦਬੀ ਦਾ ਆਪਾਂ ਬਦਲਾ ਲੈਣਾ ਹੈ ਔਰ ਉਹਨਾਂ ਦੁਸ਼ਟਾਂ ਨੂੰ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਸਰੋਵਰ ਪੂਰਿਆ ਹੈ ਉਹ ਕਬਜ਼ਾ ਕਰਕੇ ਉਸ ਥਾਂ 'ਤੇ ਬੈਠੇ ਹੋਏ ਹਨ, ਉਹਨਾਂ ਨੂੰ ਛਡਾਉਣਾ ਹੈ। ਤਾਂ ਇਹ ਚੱਲੇ ਤਰਨ ਤਾਰਨ ਸਾਹਿਬ ਪਹੁੰਚਦਿਆਂ ਤੱਕ ਹਜ਼ਾਰਾਂ ਹੀ ਨਾਲ ਹੋਰ ਸਿੰਘ ਰਲ ਗਏ ਔਰ ਚੱਬਾ ਹੈ ਅੰਮ੍ਰਿਤਸਰ ਸਾਹਿਬ ਤੋਂ 4-5 ਮੀਲ ਤਰਨ ਤਾਰਨ ਵਾਲੇ ਪਾਸੇ ਛੱਡ ਦਿੱਤੇ। ਇਸ ਨਗਰ ਦੇ ਵਿੱਚ ਇੱਥੇ ਜਦੋਂ ਪਹੁੰਚੇ, ਇੱਥੇ ਫਿਰ ਉੱਧਰੋਂ ਜਹਾਨ ਖਾਨ ਫੌਜਾਂ ਲੈ ਕੇ ਲਾਹੌਰ ਤੋਂ ਆ ਗਿਆ ਤੰਦੂਰ ਦੇ ਹੁਕਮ ਦੇ ਨਾਲ, ਇੱਥੇ ਯੁੱਧ ਹੋਇਆ। ਸੋ ਇਸ ਯੁੱਧ ਦੇ ਵਿੱਚ ਜਹਾਨ ਖਾਨ ਮਾਰਿਆ ਗਿਆ, ਬਾਬਾ ਦੀਪ ਸਿੰਘ ਜੀ ਉਸੇ ਤਰ੍ਹਾਂ ਹੀ ਸੂਰਮਿਆਂ ਵਾਂਗ ਲੜਦੇ ਹੋਏ ਜ਼ਖਮੀ ਹੋਏ, ਜਿਵੇਂ ਇਤਿਹਾਸ ਵਿੱਚ ਲਿਖਿਆ ਹੈ ਕਿ ਸੀ ਤੜੀ ਦੇ ਉੱਤੇ ਰੱਖ ਕੇ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਤੱਕ ਪਹੁੰਚੇ, ਕਿਉਂਕਿ ਵਚਨ ਕੀਤਾ ਹੋਇਆ ਸੀ ਕਿ ਅਸੀਂ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਦਰ ਦੇ ਪਰਿਕਰਮਾ ਵਿੱਚ ਜਾ ਕੇ ਦੇਣਾ ਹੈ। ਉੱਥੇ ਜਾ ਕੇ ਸਥਾਨ ਬਣਿਆ ਪਰਿਕਰਮਾ ਦੇ ਵਿੱਚ, ਉੱਥੇ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਔਰ ਦੁਸ਼ਮਣਾਂ ਨੂੰ ਜਿਹੜੇ ਧਰਮ ਦੇ ਦੁਖੀ ਸਨ ਉਹਨਾਂ ਨੂੰ ਉਸ ਸਥਾਨ ਤੋਂ ਬਾਹਰ ਕੱਢਿਆ, ਖਾਲੀ ਕਰਾਇਆ, ਇਸ ਵਿਅਕਤੀ ਦਾ ਬਦਲਾ ਲਿਆ। ਸੋ ਇਹ ਅੱਜ ਉਸ ਮਹਾਨ ਸ਼ਹੀਦ ਬਾਬੇ ਦਾ, ਸੂਰਬੀਰ ਦਾ ਅੱਜ ਜਨਮ ਦਿਨ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ, ਸਾਡੇ 'ਤੇ ਵੀ ਕਿਰਪਾ ਹੋਵੇ, ਅਜਿਹਾ ਜਿਹੜਾ ਹੈ ਜੋਸ਼ ਹੈ ਜਿਹੜਾ ਹੈ ਉਹ ਸਾਡੇ ਅੰਦਰ ਵੀ ਪੈਦਾ ਹੋਵੇ। ਅਸੀਂ ਵੀ ਦੇਖੋ ਗੁਰੂ ਸਥਾਨਾਂ ਦੀ
ਗੁਰੂ ਮਹਾਰਾਜ ਜੀ ਹੁਣ ਵੀ ਉਸੇ ਤਰ੍ਹਾਂ ਹੀ ਵਿਅਰਤੀ ਹੋ ਰਹੀ ਜਦੋਂ ਜਿਵੇਂ ਉਦੋਂ ਹੁੰਦੀ ਸਨ। ਸੋ ਹੁਣ ਵੀ ਸਾਨੂੰ ਇੱਦਾਂ ਹੀ ਸੂਰਬੀਰ ਬਣ ਕੇ ਪੈਰਾ ਦੇਣਾ ਪਏਗਾ। ਅੱਜ ਸ਼ੁਰੂ ਸ਼ੁਰੂ ਦੇ ਪਹਿਲਾਂ ਦੋ ਤਿੰਨ ਸਾਲ ਦੀ ਪਹਿਲਾਂ ਦੀ ਗੱਲ ਹੈ, ਦਾਸ ਨੇ ਬੇਨਤੀ ਕੀਤੀ ਸੰਤਾਂ ਨੂੰ ਕਿ ਆਪਾਂ ਪਹਿਰਾ ਦੇਈਏ, ਸੈਰ ਪਾਠ ਰੱਖ ਲਈਦਾ ਸੀ। ਸਾਰਾ ਦਿਨ ਸੰਗਤਾਂ ਆਉਂਦੀ ਜਾਂਦੀ ਰਹਿੰਦੀ ਸੀ, ਪਾਠ ਚੱਲਦਾ ਰਹਿੰਦਾ, ਇਸ ਕਰਕੇ ਇੱਥੇ ਅਜਿਹਾ ਕੋਈ ਬੇਨਤੀ ਕਰਨ ਵਾਲੇ ਦੀ ਕਿਸੇ ਦੀ ਹਿੰਮਤ ਨਹੀਂ ਪਾਈ ਕਰਾਉਂਦੀ। ਇਹ ਸਾਰਾ ਕਰਾਉਂਦੇ ਦਾ ਸਮਾਂ ਆ ਗਿਆ, ਇਹਦਾ ਕਰਕੇ ਸਾਰੇ ਡਰੀ ਜਾਂਦੇ ਹਨ। ਸੋ ਹੁਣ ਜਿਹੜਾ ਹੈ ਪਹਿਰਾ ਹੁਣ ਵੀ ਦੇਣ ਦੀ ਲੋੜ। ਦੇਖੋ ਜੇ ਆਪਾਂ ਇਹ ਕਹੀਏ ਕਿ ਇੱਥੇ ਜਿਹੜੇ ਦੋ ਬੰਦੇ ਆਪਾਂ ਰੱਖੇ ਹਨ ਸੇਵਾਦਾਰ, ਇਹ ਸਾਰਾ ਪਹਿਰਾ ਦਿਨ ਇਹੀ ਰਾਖੀ ਕਰਨਗੇ, ਇਹ ਮੁਸ਼ਕਲ ਗੱਲ ਹੈ। ਇਹ ਸੰਗਤ ਦਾ ਦਰਬਾਰ ਹੈ, ਆਪਾਂ ਆ ਕੇ ਇੱਥੇ ਮੰਗਾਂ ਮੰਨਦੇ ਹਾਂ, ਆਹ ਦੇ ਦਿਓ ਆਹ ਦੇ ਦਿਓ, ਫਿਰ ਇੱਥੋਂ ਦਾ ਜਿਹੜੀ ਸੇਵਾ ਸੰਭਾਲ ਹੈ ਇਹ ਵੀ ਸੰਗਤ ਦਾ ਜ਼ਿੰਮੇਵਾਰੀ ਹੈ। ਇਸ ਕਰਕੇ ਇਸ ਪਾਸੇ ਵੀ ਪੂਰਾ ਧਿਆਨ ਦਿਓ। ਜਦੋਂ ਘਰ ਵਿਹਲੇ ਹੋ, ਜਦੋਂ ਟਾਈਮ ਨਾ ਹੋਵੇ, ਉਦੋਂ ਤੁਸੀਂ ਇੱਥੇ ਆਓ। ਇਸ ਸਥਾਨ ਦੇ ਅੰਦਰ ਨਹੀਂ ਬਹਿ ਸਕਦੇ, ਬਾਹਰ ਬੈਂਚ ਦੇ ਉੱਤੇ ਬੈਠ ਜਾਓ, ਉੱਥੇ ਬੈਠ ਕੇ ਸਿਮਰਨ ਕਰੋ ਜਾਂ ਈਸ਼ਾ ਦਾ ਪਾਠ ਕਰੋ। ਸਮਾਂ ਇੱਦਾਂ ਥੋੜ੍ਹਾ ਥੋੜ੍ਹਾ ਵੀ ਆਪਾਂ ਦੇਈਏ ਅਤੇ ਇਹ ਸਾਰਾ ਕੁਛ ਸਾਵਧਾਨ ਰਹਿ ਸਕਦਾ, ਸਾਰਾ ਕੁਛ ਠੀਕ ਰਹਿ ਸਕਦਾ। ਸਤਿਗੁਰੂ ਜੀ ਕਿਰਪਾ ਕਰ, ਦਾਸ ਨੂੰ ਫਿਰ ਦੁਬਾਰਾ ਇਹ ਸ਼ੁਭ ਦੇ ਸਿੱਧੀਆਂ ਆਪ ਜੀ ਨੂੰ ਵਧਾਈਆਂ ਹਨ। ਗੁਰਨਾ ਜੁਟਾਂ ਦੀ ਖੇਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।